ਤੇਰੇ ਮਤਾਂ ਦੀ ਫੇਰ ਵੀ ਕੋਈ ਨਾ ਕੋਈ ਹੱਥ ਹੋਵੇਗੀ ਜਬਰਖਾਨ ਪਰ ਮੈਂ ਤੈਨੂੰ ਇਸ ਜ਼ਮੀਨ ਦੇ ਆਖਰੀ ਕੋਨੇ ਤੱਕ ਨਸੰਤ ਅਸਲਾਮੁਅਲੈਕੁਮ ਨਾਜ਼ਰੀਨ ਅੱਜ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ حاضر ਹੋ ਰਿਹਾ ਹਾਂ ਉਸ ਫਿਲਮ ਦਾ ਨਾਂ ਹੈ ਸ਼ਾ ਬਹਿਰਾਮ ਯਕਮ ਨੰਬਰ 1985 ਚ ਰਿਲੀਜ਼ ਹੋਣ ਵਾਲੀ ਫਿਲਮ ਸ਼ਾ ਬਹਿਰਾਮ ਅਦਾਕਾਰ ਸੁਲਤਾਨ ਰਈ ਜਿੱਥੇ ਵੀ ਜਾਏਗਾ ਮੁਹੰਮਦ ਈਲੀ ਮੇਰੇ ਘਰ ਤੋਂ ਤੇਰੀ ਚੌਖਟ ਪਾਲ ਹਸਨ ਤੇਰੇ ਦੀ ਮਾਂ ਤੇ ਬਾਪ ਟਿੱਕੇ ਅੰਜਮਨ ਪਦਮਾਸ਼ਾ ਦਾ ਦੁਸ਼ਮਨ ਤੇ ਸ਼ਰੀਫਾ ਨੂੰ ਕਹਿੰਦਾ ਵਸੀਮ ਅਬਾਸ ਆਕਰ ਤੋੜੇਗਾ ਤੋੜੇਗਾ ਕੈਫੀ ਕੀ ਗੱਲੇ ਮਾਈ ਉੱਚਾਈ ਮੁਸਤਾਫਾ ਕ੍ਰਿਸ਼ੀ ਫੋਰਸ ਵਿੱਚ ਚਾਉ ਵਸੂਲ ਕਰਕੇ ਆਇਆ ਚਿਕੁਰੀ ਤੇਰੇ ਮਾਲ ਅਫਜ਼ਲ ਅਹਿਮਦ ਤੇ ਕੁੱਤੇ ਬਿੱਲੇ ਤੇ ਸਾਨੂੰ ਅਦਾਇਤ ਕਾਫੀ ਫਿਲਮ ਸਾਜ਼ ਕੇ ਹੁਸੈਨ ਮਿਊਜ਼ਿਕ ਵਿਜਾਹਤ ਅਤਰੇ ਮੁਸੰਨਿਫ ਨਾਸਰ ਅਦੀਬ ਇਹ ਦੋ ਦੋਸਤਾਂ ਦੀ ਕਹਾਣੀ ਹੈ ਸ਼ਾਬਰਾ ਮੁਹੰਮਦ ਅਲੀ ਤੇ ਸ਼ੀਰਾ ਇਕਬਾਲ हसन ਤਾਂ ਸਹੀ ਮੇਰੇ ਪਿਓ ਦਾ ਨਾਂ ਕੀ ਏ ਇੱਕ ਪੁੱਤਰ ਦਾ ਇੱਕੋ ਹੀ ਪਿਓ ਹੁੰਦਾ ਹੈ ਇੱਕ ਐਵਰੀਜ ਫਿਲਮ ਸੀ ਫਿਲਮੀ ਟਰੈਕਟਰ ਰੋਲ ਮੁਹੰਮਦ ਏਲੀ ਨੇ ਅਦਾ ਕੀਤਾ ਹੈ ਫਿਲਮ ਦੀ ਐਕਸਪੰਦੀ ਦੇ ਦੌਰਾਨ ਇਕਬਾਲ ਹਸਨ ਦੀ ਮੌਤ ਵਾਪਕਾ ਹੋ ਗਈ ਸੀ ਜਿਸ ਦੀ ਵਜ੍ਹਾ ਤੋਂ ਫਿਲਮ ਕਾਫੀ ਮਸਾਇਲ ਦਾ ਸ਼ਿਕਾਰ ਰਹੀ ਸ਼ੇਰ ਆਪਣੇ ਦੋਸਤ ਬਰਾਮ ਦੇ ਰਸਤੇ ਚ ਆਣ ਵਾਲੀ ਹਰ ਮੁਸੀਬਤ ਨੂੰ ਰੋਕ ਲੈਂਦਾ ਅਫਜ਼ਾਲ ਮਨ ਨੇ ਫਿਲਮ ਵਿੱਚ ਜਾਫਰ ਖਾਨ ਦਾ ਕਿਰਦਾਰ ਅਦਾ ਕੀਤਾ ਹੈ ਦੁਸ਼ਮਣ ਨੇ ਅਸੀਂ ਚਾਲ ਚਲਦਿੰਨ ਕੇ ਸ਼ਾ ਬਹਿਰਾਮ ਨੂੰ ਜੇਲ ਹੋ ਜਾਂਦੀ ਏ ਤੇ ਦੁਸ਼ਮਣ ਸਾਰਾ ਮਲਬਾ ਖੇਰਾ ਤੇ ਪਾ ਦਿੰਦਿੰ ਦੁਸ਼ਮਣ ਦੂਸਰੀ ਚਾਲ ਚਲਦਾ ਹੈ ਤੇ ਸ਼ਾ ਬਹਿਰਾਮ ਦੇ ਵੱਡੇ ਪੁੱਤਰ ਨੂੰ ਕਤਲ ਤੇ ਦੂਜੇ ਪੁੱਤਰ ਨੂੰ ਅਗਵਾ ਕਰ ਲੈਂਦਾ ਹੈ ਲੇਕਿਨ ਸ਼ੇਰਾ ਦੂਸਰੇ ਪੁੱਤਰ ਨੂੰ ਬਚਾ ਲੈਂਦਾ ਹੈ ਜ਼ਬਰ ਖਾਨ ਸ਼ਾ ਬਹਿਰਾਮ ਨੂੰ ਸ਼ੇਰਾ ਤੋਂ ਬਦੰਦ ਕਰਨਾ ਚਾਹੁੰਦਾ ਹੈ ਨਿਜ਼ਾਮ ادیਬ ਸ਼ੇਰਾ ਨੂੰ ਜ਼ਖਮੀ ਕਰ ਦਿੰਦਾ ਹੈ ਬਾਹਰ ਬੇਗਮ ਨੇ ਇਸ ਫਿਲਮ ਵਿੱਚ ਸਾਬਰਾ ਦਾ ਰੋਲ ਕੀਤਾ ਹੈ ਸਰਤਾਜ ਇਹ ਮੇਰਾ ਕਲਗਲਪ ਤੇ ਅੱਛਾ ਯਾਰ ਨਹੀਂ ਬਦਲਣਾ ਸਾਬਰਾ ਪੁੱਤਰ ਦਾ ਪਿਓ ਬਦਲ ਦੇਣਾ ਉਹ ਸ਼ੇਰੇ ਦੀ ਬੀਵੀ ਹੁੰਦੀ ਹੈ ਵਸੀਮ ਅਬਾਸ ਨੀਸ਼ਾ ਬਹਿਰਾਮ ਦੇ ਵੱਡੇ ਪੁੱਤਰ ਦਾ ਕਿਰਦਾਰ ਅਦਾ ਕੀਤਾ ਜਿਸ ਦਾ ਨਾਮ ਹੈਦਰ ਹੁੰਦਾ ਹੈ ਸ਼ਰਾ ਸ਼ਾ ਬਹਿਰਾਮ ਦੇ ਪੁੱਤਰ ਦਾ ਲਾਗੜ ਆਪਣੇ ਪੁੱਤਰ ਦੇ ਗਲੇ ਜ ਪਾ ਲੈਂਦਾ ਹੈ ਤਾਕਿ ਉਹ ਸ਼ਾਹ ਬਹਿਰਮ ਨੂੰ ਦੱਸ ਸਕੇ ਕਿ ਇਹ ਉਹਦਾ ਪੁੱਤਰ ਹੈ ਸ਼ਾਹ ਬਹਿਰਮ 7 ਸਾਲ ਬਾਅਦ ਆਪਣਾ ਪੁੱਤਰ ਲੈ ਜਾਂਦਾ ਹੈ ਬੱਚੇ ਜਵਾਨ ਹੋ ਜਾਂਦੇ ਨੇ ਕੈਫੀ ਨੇ ਸ਼ਾਹ ਬਹਿਰਮ ਦੇ ਵੱਡੇ ਪੁੱਤਰ ਦਾ ਕਿਰਦਾਰ ਅਦਾ ਕੀਤਾ ਹੈ ਸ਼ਾਹ ਬਹਿਰਮ ਆਪਣੇ ਜਵਾਨ ਪੁੱਤਰ ਨੂੰ ਮਿਲਦਾ ਹੈ ਚਕੋਰੀ ਦਾ ਨਾਮ ਲਾਡੋ ਹੁੰਦਾ ਹੈ ਸਾਬਰਾ ਜਦੋਂ ਆਪਣੇ ਪੁੱਤਰ ਨੂੰ ਵੇਚਦੀ ਏ ਕਿਉਂਕਿ ਉਹ ਸ਼ਾਹ ਬਹਿਰਮ ਦਾ ਨਹੀਂ ਸ਼ੇਰੇ ਦਾ ਪੁੱਤਰ ਹੁੰਦਾ ਹੈ ਦਲਾਵਰ ਤੇ ਕਤਲਾਨਾ ਹਮਲਾ ਹੁੰਦਾ ਹੈ ਔਰ ਇਲਜ਼ਾਮ ਸ਼ਿਰ ਤੇ ਲੱਗ ਜਾਂਦਾ ਹੈ ਗੋਲੀ ਸਾਬਰ ਨੂੰ ਲੱਗ ਜਾਂਦੀ ਹੈ ਸੁਲਤਾਨ ਰਾਹੀਂ ਦਾ ਨਾਮ ਹੀ ਇਸ ਫਿਲਮ ਵਿੱਚ ਸ਼ਾ ਬੇਰਾਮ ਹੁੰਦਾ ਹੈ ਜਿਹੜਾ ਕਿ ਜਬਰ ਖਾਨ ਦੇ ਕੋਲ ਹੁੰਦਾ ਹੈ ਮੁਸਵਕ ਰੇਸ਼ੀ ਨੇ ਇਸ ਫਿਲਮੇ ਇੱਕ ਡਿਪਟੀ ਦਾ ਰੋਲ ਅਦਾ ਕੀਤਾ ਹੈ ਹਮੇਸ਼ਾ ਚਾਹ ਵਿੱਚ ਕੇ ਗੰਧਮ ਕੱਟੀ ਹੈ ਜ਼ਮੀਨ ਦੂਰੇ ਤੇ ਘੇਰ ਤੇ ਚੱਕਰ ਜਬਰ ਖਾਨ ਸ਼ਾ ਬੇਰਾਮ ਦੇ ਪੁੱਤਰ ਨੂੰ ਯਰਗਮਾਲ ਬਣਾ ਲੈਂਦਾ ਹੈ ਔਰ ਤੋਖੇ ਨਾਲ ਉਹਨੂੰ ਗੋਲੀ ਮਾਰ ਦਿੰਦਾ ਹੈ ਜੱਗੀ ਮਲਕ ਨੇ ਫਿਲਮ ਵਿੱਚ ਮਾਖੇ ਦਾ ਕਿਰਦਾਰ ਅਦਾ ਕੀਤਾ ਹੈ ਸ਼ੇਰਾ ਬਰਨ ਤੋਂ ਪਹਿਲੇ ਸ਼ਾਬੇਰਮ ਨੂੰ ਦੱਸ ਜਾਂਦਾ ਹੈ ਕਿ ਤੂੰ ਜਾਬਰ ਖਾਨ ਦਾ ਨਹੀਂ ਬਲਕਿ ਸ਼ਾਬੇਰਮ ਦਾ ਪੁੱਤਰ ਹੈ ਸ਼ਾਬੇਰਮ ਨਿਜ਼ਾਮ ਨੂੰ ਉਲਟਾ ਲਟਕਾ ਦਿੰਦਾ ਹੈ ਉਲਟਾ ਲਟਕਣ ਤੋਂ ਬਾਅਦ ਸ਼ਾਬੇਰਮ ਨੂੰ ਨਿਜ਼ਾਮ ਸਾਰੀ ਹਕੀਕਤ ਦੱਸ ਦਿੰਦਾ ਹੈ ਕਿ ਉਹ ਸ਼ਾਬੇਰਮ ਦਾ ਪੁੱਤਰ ਹੈ ਇਸ ਫਿਲਮ ਵਿੱਚ ਮੁਸਫਾ ਖਰੀਸ਼ੀ ਦਾ ਰੋਲ ਕੋਈ ਖਾਸ ਨਹੀਂ ਸੀ ਔਰ ਨਾ ਇਹ ਕੋਈ ਖਾਸ ਕਿਸਮ ਦਾ ਕੰਮ ਕਰ ਸਕੇ। ਮੁਸਵਕ ਰਹਿਤਾ ਕਰਦਾਰ ਵੀ ਇੱਕ ਭਰਤੀ ਵਾਲਾ ਕਰਦਾਰ ਸੀ। ਜਬਰਖਾਨ ਤੇ ਸ਼ਾ ਬਹਿਰਾਮ ਦਾ ਟਕਰਾਅ ਹੁੰਦਾ ਹੈ। ਦਲਾਵਰ ਕੈਫੀ ਔਰ ਲਾਡੋ ਚਕੂਰੀ ਦੋਨੋਂ ਮਾਰੇ ਜਾਂਦੇ। ਸ਼ਾ ਬਹਿਰਾਮ ਜਬਰਖਾਨ ਨੂੰ ਮਾਰ ਦਿੰਦਾ।